ਬੱਸ 'ਚ ਚੜਨ ਵੇਲੇ ਰਹੋ ਚੌਕੰਨੇ, ਸਵਾਰੀਆਂ ਦਾ ਚੋਰੀ ਹੋ ਰਿਹਾ ਏ ਸਮਾਨ, ਝੁੰਡ ਬਣਾ ਕੇ ਘੁੰਮਦੀਆਂ ਨੇ ਚੋਰਨੀਆਂ। ਥਾਣੇ ਦੇ ਵਿੱਚ ਬੈਠੀ ਇਸ ਔਰਤ ਦੇ ਨਾਲ ਜੋ ਹੋਇਆ ਏ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ, ਕਿਉਂਕਿ ਇੱਥੇ ਬੱਸ 'ਚ ਚੜਨ ਵੇਲੇ ਇਸ ਔਰਤ ਦਾ ਸੋਨੇ ਦਾ ਕੜਾ ਹੀ ਕਿਸੇ ਨੇ ਕੱਟ ਲਿਆ ਏ ਤੇ ਔਰਤ ਨੂੰ ਪਤਾ ਤੱਕ ਨਹੀਂ ਲੱਗਿਆ, ਜਿਸ ਲਈ ਹੁਣ ਥਾਣੇ ਦੇ ਵਿੱਚ ਇਹ ਸ਼ਿਕਾਇਤ ਦਰਜ ਕਰਵਾ ਰਹੀ ਹੈ। ਇਸ ਔਰਤ ਦਾ ਕਹਿਣਾ ਹੈ ਕਿ ਜਦੋਂ ਇਹ ਬੱਸ ਦੇ ਵਿੱਚ ਚੜ੍ਹਨ ਲੱਗੀ ਤਾਂ ਕੁਝ ਔਰਤਾਂ ਆਈਆਂ ਝੁੰਡ ਬਣਾ ਕੇ ਅਤੇ ਧੱਕਾ ਮਾਰਨ ਲੱਗੀਆਂ। ਇਸੇ ਹੀ ਭੀੜ ਦੇ ਵਿੱਚ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਉਸਦਾ 2 ਤੋਲੇ ਦਾ ਸੋਨੇ ਦਾ ਕੜਾ ਇਹ ਚੋਰਨੀਆਂ ਕੱਟ ਕੇ ਲੈ ਗਈਆਂ। ਔਰਤ ਜਦੋਂ ਬੱਸ ਦੇ ਵਿੱਚ ਬੈਠ ਗਈ ਤੇ ਬੱਸ ਵਿੱਚ ਚੱਲ ਪਈ ਤਾਂ ਫਿਰ ਉਸਨੂੰ ਅਹਿਸਾਸ ਹੋਇਆ ਕਿ ਉਸਦੇ ਹੱਥਾਂ ਵਿੱਚ ਪਾਇਆ ਕੜਾ ਗਾਇਬ ਹੈ। ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਕਿ ਬੱਸ 'ਚ ਚੜ੍ਹਦਿਆਂ ਹੋਇਆਂ ਚੀਜ਼ਾਂ ਚੋਰੀ ਹੁੰਦੀਆਂ ਨੇ। ਸੋ ਹੁਣ ਇਹ ਕਿਹਾ ਜਾ ਰਿਹਾ ਕਿ ਬੱਸ ਅੱਡਿਆਂ ਦੇ ਉੱਤੇ ਚੋਰਨੀਆਂ ਘੁੰਮਦੀਆਂ ਨੇ ਝੁੰਡ ਬਣਾ ਕੇ ਅਤੇ ਇਸੇ ਝੁੰਡ ਦਾ ਫਾਇਦਾ ਚੁੱਕ ਕੇ ਉਹ ਸਵਾਰੀਆਂ ਦਾ ਸਮਾਨ ਚੋਰੀ ਕਰ ਲੈਂਦੀਆਂ ਨੇ, ਇੱਥੋਂ ਤੱਕ ਕਿ ਪਾਏ ਹੋਏ ਗਹਿਣੇ ਵੀ ਕੱਟ ਕੇ ਲੈ ਜਾਂਦੀਆਂ ਨੇ ਤੇ ਪਤਾ ਤੱਕ ਨਹੀਂ ਲੱਗਦਾ। ਹੁਣ ਇਹ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਜਿੱਥੇ ਜਲੰਧਰ ਦੀ ਇਹ ਰਹਿਣ ਵਾਲੀ ਔਰਤ ਬੱਸ 'ਚ ਚੜ੍ਹਨ ਲੱਗੀ ਤਾਂ ਬੱਸ 'ਚ ਚੜ੍ਹਨ ਤੋਂ ਪਹਿਲਾਂ ਹੀ ਕੁਝ ਚੋਰਨੀਆਂ ਆਈਆਂ, ਝੁੰਡ ਬਣਾਇਆ ਤੇ ਬੱਸ 'ਚ ਚੜ੍ਹਦਿਆਂ ਧੱਕੇ ਵੀ ਮਾਰੇ। ਇਸੇ ਦੌਰਾਨ ਹੀ 2 ਤੋਲੇ ਦਾ ਸੋਨਾ ਕੱਟ ਕੇ ਇਹ ਚੋਰਨੀਆਂ ਲੈ ਗਈਆਂ ਤੇ ਔਰਤ ਨੂੰ ਪਤਾ ਤੱਕ ਨਹੀਂ ਲੱਗਿਆ। ਫਿਲਹਾਲ ਪੁਲਿਸ ਹੁਣ ਚੋਰਾਂ ਦੀ ਤਲਾਸ਼ ਕਰ ਰਹੀ ਹੈ। ਬੱਸ ਵਿੱਚ ਚੜ੍ਹਨ ਲੱਗੀ ਤੇ ਉਹ ਪਿੱਛੋਂ ਕਾਫੀ ਲੇਡੀਜ਼ ਇਕੱਠੀਆਂ ਹੋ ਕੇ ਆ ਗਈਆਂ ਤੇ ਧੱਕਾ ਮਾਰਨ ਲੱਗ ਪਈਆਂ ਤੇ ਮੈਂ ਉਹਨਾਂ ਨੂੰ ਕਿਹਾ ਰੁਕੋ ਰੁਕੋ ਤੇ ਮੈਂ ਇੱਦਾਂ ਬੱਸ ਨੂੰ ਪਕੜਿਆ ਹੋਇਆ ਸੀ ਦੋਨੋਂ ਸਾਈਡਾਂ ਤੋਂ ਇੱਦਾਂ ਮੇਰਾ ਹੱਥ 'ਚ ਪਹੁੰਚ ਸੀਗਾ ਤੇ ਮੈਨੂੰ ਪਤਾ ਹੀ ਲੱਗਾ ਉਹ ਪਿੱਛੇ ਉਹਨੇ ਹਟਾ ਤਾ ਡਰਾਈਵਰ ਨੇ ਉਹ ਕੰਡਕਟਰ ਨੇ ਉਹ ਪਿੱਛੇ ਨੂੰ ਹੋਈਆਂ ਵੀ ਆਧਾਰ ਕਾਰਡ ਨਹੀਂ ਚੱਲਣਾ ਉਹਨਾਂ ਨੂੰ ਉਹਨੇ ਕਿਹਾ ਬਹੁਤ ਸਾਰੀ ਲੇਡੀਜ਼ ਸੀ ਅਤੇ ਮੈਂ ਆਪਣਾ ਉਹ ਚੜ੍ਹ ਰਹੀ ਸੀਗੀ ਅਤੇ ਉਹ ਇੱਕਦਮ ਮੈਂ ਚੜ੍ਹ ਗਈ ਬੱਸ 'ਚ ਬੈਠ ਵੀ ਗਈ ਮੈਂ ਦੇਖਿਆ ਮੇਰਾ ਹੱਥ 'ਚ ਕੁਛ ਹੈ ਹੀ ਨਹੀਂ ਸੋਨੇ ਦਾ ਕੜਾ ਸੀ ਹਾਂ ਸੋਨੇ ਕਿੰਨੇ ਤੋਲੇ ਦਾ 2 ਤੋਲੇ ਦਾ ਲਗਭਗ ਕਿੰਨੀ ਕੀਮਤ ਸੀ ਉਹਦੀ 1 ਲੱਖ ਤੋਂ ਉੱਪਰ ਹੋਣੀ ਇਸ ਬਾਰੇ ਤੁਸੀਂ ਸ਼ਿਕਾਇਤ ਦਰਜ ਕਰਾਤੀ ਹੈ ਥਾਣੇ 'ਚ ਕੋਈ ਮਾਤਾ ਜੀ ਹੌਸਲਾ ਰੱਖੋ ਕੁਛ ਨਹੀਂ ਸ਼ਿਕਾਇਤ ਕਰਵਾਤੀ ਤੁਸੀਂ ਥਾਣੇ ਹਾਂਜੀ ਮੈਂ ਸ਼ਿਕਾਇਤ ਕੀ ਮੰਗ ਕਰਦੇ ਹੋ ਤੁਸੀਂ ਪੁਲਿਸ ਤੋਂ ਲੱਭਣੀ ਚਾਹੀਦੀ ਚੀਜ਼ ਬੱਸ 'ਚ ਚੜ੍ਹਨ ਵੇਲੇ ਰਹੋ ਚੌਕੰਨੇ ਸਵਾਰੀਆਂ ਦਾ ਚੋਰੀ ਹੋ ਰਿਹਾ ਏ ਸਮਾਨ ਝੁੰਡ ਬਣਾ ਕੇ ਘੁੰਮਦੀਆਂ ਨੇ ਚੋਰਨੀਆਂ ਥਾਣੇ ਦੇ ਵਿੱਚ ਬੈਠੀ ਇਸ ਔਰਤ ਦੇ ਨਾਲ ਜੋ ਹੋਇਆ ਏ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ, ਕਿਉਂਕਿ ਇੱਥੇ ਬੱਸ 'ਚ ਚੜ੍ਹਨ ਵੇਲੇ ਇਸ ਔਰਤ ਦਾ ਸੋਨੇ ਦਾ ਕੜਾ ਹੀ ਕਿਸੇ ਨੇ ਕੱਟ ਲਿਆ ਏ ਤੇ ਔਰਤ ਨੂੰ ਪਤਾ ਤੱਕ ਨਹੀਂ ਲੱਗਿਆ, ਜਿਸ ਲਈ ਹੁਣ ਥਾਣੇ ਦੇ ਵਿੱਚ ਇਹ ਸ਼ਿਕਾਇਤ ਦਰਜ ਕਰਵਾ ਰਹੀ ਹੈ। ਇਸ ਔਰਤ ਦਾ ਕਹਿਣਾ ਹੈ ਕਿ ਜਦੋਂ ਇਹ ਬੱਸ ਦੇ ਵਿੱਚ ਚੜ੍ਹਨ ਲੱਗੀ ਤਾਂ ਕੁਝ ਔਰਤਾਂ ਆਈਆਂ ਝੁੰਡ ਬਣਾ ਕੇ ਅਤੇ ਧੱਕਾ ਮਾਰਨ ਲੱਗੀਆਂ। ਇਸੇ ਹੀ ਭੀੜ ਦੇ ਵਿੱਚ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਉਸਦਾ 2 ਤੋਲੇ ਦਾ ਸੋਨੇ ਦਾ ਕੜਾ ਇਹ ਚੋਰਨੀਆਂ ਕੱਟ ਕੇ ਲੈ ਗਈਆਂ। ਔਰਤ ਜਦੋਂ ਬੱਸ ਦੇ ਵਿੱਚ ਬੈਠ ਗਈ ਤੇ ਬੱਸ ਵਿੱਚ ਚੱਲ ਪਈ ਤਾਂ ਫਿਰ ਉਸਨੂੰ ਅਹਿਸਾਸ ਹੋਇਆ ਕਿ ਉਸਦੇ ਹੱਥਾਂ ਵਿੱਚ ਪਾਇਆ ਕੜਾ ਗਾਇਬ ਹੈ। ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਕਿ ਬੱਸ 'ਚ ਚੜ੍ਹਦਿਆਂ ਹੋਇਆਂ ਚੀਜ਼ਾਂ ਚੋਰੀ ਹੁੰਦੀਆਂ ਨੇ। ਸੋ ਹੁਣ ਇਹ ਕਿਹਾ ਜਾ ਰਿਹਾ ਕਿ ਬੱਸ ਅੱਡਿਆਂ ਦੇ ਉੱਤੇ ਚੋਰਨੀਆਂ ਘੁੰਮਦੀਆਂ ਨੇ ਝੁੰਡ ਬਣਾ ਕੇ ਅਤੇ ਇਸੇ ਝੁੰਡ ਦਾ ਫਾਇਦਾ ਚੁੱਕ ਕੇ ਉਹ ਸਵਾਰੀਆਂ ਦਾ ਸਮਾਨ ਚੋਰੀ ਕਰ ਲੈਂਦੀਆਂ ਨੇ, ਇੱਥੋਂ ਤੱਕ ਕਿ ਪਾਏ ਹੋਏ ਗਹਿਣੇ ਵੀ ਕੱਟ ਕੇ ਲੈ ਜਾਂਦੀਆਂ ਨੇ ਤੇ ਪਤਾ ਤੱਕ ਨਹੀਂ ਲੱਗਦਾ। ਹੁਣ ਇਹ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਜਿੱਥੇ ਜਲੰਧਰ ਦੀ ਇਹ ਰਹਿਣ ਵਾਲੀ ਔਰਤ ਬੱਸ 'ਚ ਚੜ੍ਹਨ ਲੱਗੀ
ਤਾਂ ਬੱਸ 'ਚ ਚੜ੍ਹਨ ਤੋਂ ਪਹਿਲਾਂ ਹੀ ਕੁਝ ਚੋਰਨੀਆਂ ਆਈਆਂ, ਝੁੰਡ ਬਣਾਇਆ ਤੇ ਬੱਸ 'ਚ ਚੜ੍ਹਦਿਆਂ ਧੱਕੇ ਵੀ ਮਾਰੇ। ਇਸੇ ਦੌਰਾਨ ਹੀ 2 ਤੋਲੇ ਦਾ ਸੋਨਾ ਕੱਟ ਕੇ ਇਹ ਚੋਰਨੀਆਂ ਲੈ ਗਈਆਂ ਤੇ ਔਰਤ ਨੂੰ ਪਤਾ ਤੱਕ ਨਹੀਂ ਲੱਗਿਆ। ਫਿਲਹਾਲ ਪੁਲਿਸ ਹੁਣ ਚੋਰਾਂ ਦੀ ਤਲਾਸ਼ ਕਰ ਰਹੀ ਹੈ। ਬੱਸ ਵਿੱਚ ਚੜ੍ਹਨ ਲੱਗੀ ਤੇ ਉਹ ਪਿੱਛੋਂ ਕਾਫੀ ਲੇਡੀਜ਼ ਇਕੱਠੀਆਂ ਹੋ ਕੇ ਆ ਗਈਆਂ ਤੇ ਧੱਕਾ ਮਾਰਨ ਲੱਗ ਪਈਆਂ ਤੇ ਮੈਂ ਉਹਨਾਂ ਨੂੰ ਕਿਹਾ ਰੁਕੋ ਰੁਕੋ ਤੇ ਮੈਂ ਇੱਦਾਂ ਬੱਸ ਨੂੰ ਪਕੜਿਆ ਹੋਇਆ ਸੀ ਦੋਨੋਂ ਸਾਈਡਾਂ ਤੋਂ ਇੱਦਾਂ ਮੇਰਾ ਹੱਥ 'ਚ ਪਹੁੰਚ ਸੀਗਾ ਤੇ ਮੈਨੂੰ ਪਤਾ ਹੀ ਨਹੀਂ ਲੱਗਾ। ਉਹ ਪਿੱਛੇ ਉਹਨੇ ਹਟਾ ਤਾ ਡਰਾਈਵਰ ਨੇ, ਉਹ ਕੰਡਕਟਰ ਨੇ, ਉਹ ਪਿੱਛੇ ਨੂੰ ਹੋਈਆਂ ਵੀ ਆਧਾਰ ਕਾਰਡ ਨਹੀਂ ਚੱਲਣਾ ਉਹਨਾਂ ਨੂੰ ਉਹਨੇ ਕਿਹਾ। ਬਹੁਤ ਸਾਰੀ ਲੇਡੀਜ਼ ਸੀ ਅਤੇ ਮੈਂ ਆਪਣਾ ਉਹ ਚੜ੍ਹ ਰਹੀ ਸੀਗੀ ਅਤੇ ਉਹ ਇੱਕਦਮ ਮੈਂ ਚੜ੍ਹ ਗਈ ਬੱਸ 'ਚ ਬੈਠ ਵੀ ਗਈ, ਮੈਂ ਦੇਖਿਆ ਮੇਰਾ ਹੱਥ 'ਚ ਕੁਛ ਹੈ ਹੀ ਨਹੀਂ। ਸੋਨੇ ਦਾ ਕੜਾ ਸੀਗਾ? ਹਾਂ ਸੋਨੇ। ਕਿੰਨੇ ਤੋਲੇ ਦਾ? 2 ਤੋਲੇ ਦਾ ਸੀ। ਲਗਭਗ ਕਿੰਨੀ ਕੀਮਤ ਸੀ ਉਹਦੀ? 1 ਲੱਖ ਤੋਂ ਉੱਪਰ ਹੋਣੀ। ਇਸ ਬਾਰੇ ਤੁਸੀਂ ਸ਼ਿਕਾਇਤ ਦਰਜ ਕਰਾਤੀ ਹੈ ਥਾਣੇ 'ਚ? ਕੋਈ ਨਹੀਂ ਮਾਤਾ ਜੀ, ਹੌਸਲਾ ਰੱਖੋ, ਕੁਛ ਨਹੀਂ, ਸ਼ਿਕਾਇਤ ਕਰਵਾਤੀ ਤੁਸੀਂ ਥਾਣੇ? ਹਾਂਜੀ, ਮੈਂ ਸ਼ਿਕਾਇਤ। ਕੀ ਮੰਗ ਕਰਦੇ ਹੋ ਤੁਸੀਂ ਪੁਲਿਸ ਤੋਂ? ਲੱਭਣੀ ਚਾਹੀਦੀ ਚੀਜ਼।